ਭੁੱਖ ਹੜਤਾਲ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵਿਗੜੀ ਤਬੀਅਤ ਬਹੁਤ ਜ਼ਿਆਦਾ ਗਲਤ ਗੱਲ ਆ। ਅਤੇ ਮੈਂ ਕੱਲ੍ਹ ਵੀਡੀਓ ਦੇਖਣ ਦਾ ਸੀ, ਵੀਡੀਓ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਜੋ ਵੀ ਉਹਨਾਂ ਨਾਲ ਕਾਰਨਾਮਾ ਕੀਤਾ ਜਾ ਰਿਹਾ ਆ ਬਹੁਤ ਗਲਤ ਆ, ਝੂਠੇ ਐਲੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕੈਮਰੇ ਲਗਾ ਕੇ ਇਹਨਾਂ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਦੀ ਸਿਰਫ ਛੋਟੀ ਜਿਹੀ ਮੰਗ ਆ, ਛੋਟੀ ਜਿਹੀ ਮੰਗ ਉਹਨਾਂ ਦੀ ਸਿਰਫ ਆਹੀ ਆ ਕਿ ਸਾਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਦਿਬਰੂਗੜ੍ਹ ਦੀ ਸਾਨੂੰ ਪੰਜਾਬ ਦੀ ਜੇਲ੍ਹ ਵਿੱਚ ਪਾਇਆ ਜਾਵੇ। ਜੇ ਤੁਸੀਂ ਸਾਨੂੰ ਮਾਰਨਾ ਸਾਨੂੰ ਮਾਰ ਦਿਓ, ਕੋਈ ਚੱਕਰ ਨਹੀਂ, ਅਸੀਂ ਮਰਨ ਤੋਂ ਨਹੀਂ ਡਰਦੇ ਹੈਗੇ, ਤੁਸੀਂ ਮਾਰਨਾ ਸਾਡੇ ਪੰਜਾਬ ਦੇ ਵਿੱਚ ਮਾਰੋ, ਕੋਈ ਚੱਕਰ ਨਹੀਂ। ਉਹ ਚੀਜ਼ ਦੀ ਉਹਨਾਂ ਦੀ ਮੰਗ ਆ, ਅਤੇ ਉਹ ਚੀਜ਼ ਉਹ ਮੰਗ ਕਰਕੇ ਕਾਫੀ ਦਿਨਾਂ ਤੋਂ ਭੁੱਖ ਹੜਤਾਲ ਦੇ ਵਿੱਚ ਸੀਗੇ। ਭੁੱਖ ਹੜਤਾਲ ਕਾਰਨ ਉਹਨਾਂ ਨੂੰ ਖੂਨ ਦੀ ਉਲਟੀਆਂ ਵੀ ਆਉਣੀ ਸ਼ੁਰੂ ਹੋਈ ਆ। ਉਹਨਾਂ ਦੀ ਵਾਈਫ ਕਹਿੰਦੀ ਕਿਰਨਦੀਪ ਕੌਰ ਕਿ ਉਹਨਾਂ ਨੂੰ ਖੂਨ ਦੀ ਉਲਟੀਆਂ ਦਿੱਕਤ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦੇ ਕਰਕੇ ਇਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ, ਵਿਗੜ ਚੁੱਕੀ ਆ, ਅਤੇ ਕਦੀ ਵੀ ਕੁਛ ਵੀ ਹੋ ਸਕਦਾ। ਤਾਂ ਜਿਹੜੇ ਨਾਲ ਉਹਨਾਂ ਦੇ ਸਿੱਖ ਫੌਜ ਹੈਗੀ ਆ, ਉਹਨਾਂ ਦੇ ਵੀ ਕਈਆਂ ਦੇ ਜਿਹੜੇ ਸਿੱਖ ਆ, ਜਿਹੜੇ ਕਈ ਸਿੱਖ ਹੈਗੇ, ਉਹਨਾਂ ਦੇ ਵੀ ਕਿਡਨੀਆਂ ਦੇ ਵਿੱਚੋਂ ਪਾਣੀ ਸੁੱਕ ਚੁੱਕਾ ਆ, ਜੋ ਕਿ ਬਹੁਤ ਗਲਤ ਗੱਲ ਆ। ਅਤੇ ਅੰਮ੍ਰਿਤਪਾਲ ਸਿੰਘ ਜੀ ਦੀ ਜੋ ਮਾਤਾ ਜੀ ਹੈਗੇ, ਹੋਰ ਵੀ ਮਾਤਾ ਜੀ ਨੇ ਜੋ ਕਿ ਉਹ ਵੀ ਭੁੱਖ ਹੜਤਾਲ 'ਤੇ ਨੇ, ਉਹਨਾਂ ਦੀ ਵੀ ਤਬੀਅਤ ਬਹੁਤ ਜ਼ਿਆਦਾ ਵਿਗੜ ਰਹੀ ਆ। ਅਤੇ ਆਪਾਂ ਨੂੰ ਖੜ੍ਹੇ ਹੋਣਾ ਚਾਹੀਦਾ ਇਹਨਾਂ ਵਾਸਤੇ, ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਦਿਲੋਂ, ਕਿਉਂਕਿ ਦੇਖੋ ਮਾਂ ਦਾ ਕੀ ਕਸੂਰ ਹੈ ਯਾਰ, ਮਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਮਾਂ ਦੇ ਢਿੱਡ ਦੇ ਵਿੱਚ ਕਿੱਦਾਂ ਰੋਟੀ ਚੱਲ ਜੂਗੀ ਜੇ ਉਹਨਾਂ ਦੇ ਮੁੰਡੇ ਰੋਟੀ ਨਹੀਂ ਖਾਣਗੇ, ਤਾਂ ਬੱਚੇ ਨਹੀਂ ਰੋਟੀ ਖਾਣਗੇ। ਤਾਂ ਮਾਵਾਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਪਈਆਂ। ਜੇ ਕੱਲ੍ਹ ਇਹਨਾਂ ਨੂੰ ਕੁਛ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ? ਇਹਦਾ ਜ਼ਿੰਮੇਵਾਰ ਹੋਊਗੀ ਸਰਕਾਰ, ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ, ਮੋਦੀ ਸਰਕਾਰ ਜ਼ਿੰਮੇਵਾਰੀ ਹੋਊਗੀ। ਅਤੇ ਬਹੁਤ ਜ਼ਿਆਦਾ ਖਲਾਰਾ ਪੈਣਾ ਆ। ਅਤੇ ਮੈਂ ਇਹ ਗੱਲ ਕਹਿੰਦਾ ਕਿ ਕੰਮ ਬਹੁਤ ਜ਼ਿਆਦਾ ਵਿਗੜ ਜਾਣਾ, ਸਾਡੇ ਕੌਮ ਦਾ ਸ਼ੇਰ ਮਰ ਜਾਣਾ। ਇਸ ਕਰਕੇ ਮੈਂ ਆਹੀ ਅਪੀਲ ਕਰਦਾ, ਇਹ ਤਾਂ ਅੱਧਾ ਚੱਲਦਾ ਰਿਹਾ ਤਾਂ ਫਿਰ ਜਲਦੀ ਤੁਹਾਨੂੰ ਪਤਾ ਕੁਛ ਨਾ ਕੁਛ ਵੀ ਹੋ, ਕੁਛ ਵੀ ਹੋ ਸਕਦਾ ਯਾਰ। ਜੇ ਬੰਦੇ ਦੇ ਮੂੰਹ ਦੇ ਵਿੱਚ ਅੰਨ ਹੀ ਨਹੀਂ ਜਾਣਾ, ਜਾਂ ਰੋਟੀ ਨਹੀਂ ਖਾਣੀ, ਕਿੰਨੇ ਦਿਨ ਪਾਣੀ ਦੇ ਨਾਲ ਹੀ ਗੁਜ਼ਾਰਾ ਕਰਨਾ ਭੁੱਖ ਹੜਤਾਲ ਦੇ ਵਿੱਚ, ਤਾਂ ਫਿਰ ਲਾਈਫ ਜ਼ਿਆਦਾ ਥੋੜ੍ਹੀ ਹੁੰਦੀ, ਤਾਂ ਖੂਨ ਦੀ ਉਲਟੀ ਆਉਣੀ ਸ਼ੁਰੂ ਹੋ ਗਈ, ਤਾਂ ਫਿਰ ਲਾਈਫ ਜ਼ਿਆਦਾ ਥੋੜ੍ਹੀ, ਲੀਵਰ ਉਹ ਖਾਣਾ ਚੱਕਣਾ ਬੰਦ ਕਰ ਦੇਗਾ, ਲੀਵਰ ਜਾਂ ਲੀਵਰ ਨੂੰ ਖਾਣਾ ਨਹੀਂ ਮਿਲੂਗਾ ਤਾਂ ਲੀਵਰ ਖਾਣਾ ਚੱਕਣਾ ਬੰਦ ਕਰ ਦੂਗਾ। ਅਤੇ ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕੌਮ ਨੂੰ ਐਡਾ ਵੱਡਾ ਘਾਟਾ ਨਾ ਪਾਓ, ਅੱਗੇ ਬਥੇਰੇ ਆਪਣੇ ਮਰ ਗਏ ਆ, ਹੋਰ ਨਾ ਮਾਰੋ, ਠੀਕ ਆ। ਅਤੇ ਬਹੁਤ ਗਲਤ ਗੱਲ ਆ, ਇਹ ਚੀਜ਼ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਕੀ ਕੁਛ ਹੋ ਰਿਹਾ। ਅਤੇ ਮੈਂ ਇਹ ਤਾਂ ਆਹੀ ਬੇਨਤੀ ਆ ਕਿ ਜੋ ਵੀ ਇਹਨਾਂ ਦੀ ਮੰਗ ਹੈਗੀ, ਇਹਨਾਂ ਦੀ ਪੂਰੀ ਕੀਤੀ ਜਾਵੇ। ਜੇ ਤੁਸੀਂ ਮਾਰਨਾ ਨਾ ਤਾਂ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਮਾਰ ਦਿਉ, ਬਟ ਅੱਧਾ ਨਾ ਮਾਰੋ ਭੁੱਖ ਹੜਤਾਲ ਕਰਕੇ। ਬਹੁਤ ਵੱਡੀ ਗਲਤੀ ਆ ਪੰਜਾਬ ਸਰਕਾਰ ਦੀ, ਅਤੇ ਬਹੁਤ ਜ਼ਿਆਦਾ ਲਾਂਤਾਂ ਪਊਗੀਆਂ ਫਿਰ। ਬਾਕੀ ਚਲੋ, ਤੁਹਾਡਾ ਜੋ ਵੀ ਓਪੀਨੀਅਨ ਹੈਗਾ ਦਰਸ਼ਕਾਂ ਦਾ, ਤੁਸੀਂ ਆਪਣਾ ਓਪੀਨੀਅਨ ਤੁਸੀਂ ਜ਼ਰੂਰ ਦੱਸਿਓ। ਤੁਹਾਨੂੰ ਜੋ ਵੀ ਤੁਹਾਡਾ ਓਪੀਨੀਅਨ, ਜੇ ਤੁਸੀਂ ਅੰਮ੍ਰਿਤਪਾਲ ਸਿੰਘ ਜੀ ਨੂੰ ਸਪੋਰਟ ਕਰਦੇ ਹਾਂ ਤਾਂ ਜ਼ਰੂਰ ਤੁਸੀਂ ਸਪੋਰਟ ਕਰੋ। ਅਤੇ ਬਾਕੀ ਆ ਵੀਡੀਓ ਨੂੰ ਮੈਂ ਇੱਥੇ ਖਤਮ ਕਰਦਾ। ਜੇ ਤੁਹਾਨੂੰ ਮੇਰੀ ਵੀਡੀਓ ਠੀਕ ਲੱਗੀ, ਵਧੀਆ ਲੱਗੀ, ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।